आ दो चार टैंपू टैंपू थानू पता टैंपू किनू कहिंदे ने आ उही पंगे ले जांदे ने पराउणे नाल। तां हां जी दोस्तों सत श्री अकाल, एक बार फिर हाजर हां तुहाडे अपने चैनल पंजाबी मसले विच एक नवी अपडेट नाल। चलो वादे अज दी अपडेट वल। दोस्तों जिवें तुहानू सब नू पता ही है कि कुछ दिनों तो एक कॉन्ट्रोवर्सी चल रही है जिस विच एक दूजे नू रिप्लाई राही जवाब दिता जा रहा है। हाँ जी दोस्तों, जदों दा सिद्धू मूसेवाले अते गुलाब सिद्धू दा बाई बाई सौंग आया है उस दिन तो ही नाविंदर गुलाब सिद्धू नू माड़ा भला बोल रहा है, जिस तो बाद भाना सिद्धू ने गुलाब सिद्धू की सपोर्ट विच अगे आए ते उन्होंने नाविंदर नू कुछ रिप्लाई करने शुरू कर दिते। उस तो बाद नाविंदर ने भी भाना सिद्धू नू एक रिप्लाई कर दिता है जिस विच लिखा होया कि थप्पड़ मार के अड़ब पंजाबी रैली चों असला खो लिया गया। दोस्तों ये असले वाली गल उस टाइम की है जदों मानसा विखे सिद्धू मूसेवाले का धरना सी। उस टाइम भाना सिद्धू के किसी नज़दीकी कोलों कोई असला चोरी करके लै गया सी। इस सब तो बाद भाना सिद्धू ने भी नाविंदर ने एक बहुत वड्डा गर्मा गर्म रिप्लाई कर दिता है। तो आओ दोस्तों तुहानू भी लै चलदे हां उस रिप्लाई वल। जेकर वीडियो चंगी लगी तो वीडियो लाइक तो चैनल नू सबसक्राइब करना ना भुल्यो। जल्द मिलते हैं एक नवी अपडेट नाल। धन्यवाद। आ दो चार टैंपू टैंपू थानू पता टैंपू किनू कहिंदे ने आ उही पंगे ले जांदे ने पराउणे नाल। इह गल्लां च कोई फायदा नहीं काका। भाना सिद्धू पुछ लई कौन आ तेरे वर्गे तां हुण मैं तैनूं की कहां। मैं गालां गूलां कढ़णियां बंद करियां होईयां ने मैनूं। बाकी तुसीं भालदे हो ਤੇ ਕੋਲੇ ਪ੍ਰਮੋਸ਼ਨ ਦਾ ਟਾਈਮ ਨਹੀਂ। ਫਲੋਪ ਆਰਟਿਸਟ ਫਲੋਪ ਆਰਟਿਸਟਾਂ ਨੇ ਗਾਣਾ ਕੱਢਣਾ ਹੁੰਦਾ ਵੀ ਪਹਿਲਾਂ ਇੱਕ ਦੋ ਨਾਲ ਪੰਗੇ ਲੈ ਲਓ, ਪੁੱਠਾ ਸਿੱਧਾ ਬੋਲ ਲਓ। ਫਲੋਪ ਆਰਟਿਸਟਾਂ ਨੂੰ ਹੁੰਦਾ ਵੀ ਗਾਣਾ ਚੱਲ ਜੂਗਾ, ਇਹੀ ਕਾਰਨ ਇਹਨਾਂ ਨੇ ਅਪਣਾਇਆ ਹੋਇਆ। ਆਹ ਜਿਹੜਾ ਇੱਕ ਦੋ ਫਲੋਪ ਆਰਟਿਸਟ ਕੰਮ ਮੰਨ ਕੇ ਚੱਲ ਪੰਗੇ ਲੈ ਰਹੇ, ਇਹ ਦੋ ਚਾਰ ਦਿਨਾਂ ਨੂੰ ਉਹਨਾਂ ਦਾ ਗਾਣਾ ਆ ਲਿਓ, ਉਹਨਾਂ ਦਾ ਗਾਣਾ ਚੱਲ ਜੂ, ਬਸ ਵਿਊ ਆ ਜਾਣਗੇ। ਫਲੋਪ ਆਰਟਿਸਟ ਨਾ ਪੰਗੇ ਲੈਣ, ਹੁਣ ਮੈਂ ਗਾਣਾ ਵੀ ਨਹੀਂ ਕੱਢਣੇ, ਮੈਨੂੰ ਬੰਦ ਕਰਿਓ ਨੇ, ਕਿਉਂਕਿ ਮੈਨੂੰ ਸਾਰੇ ਹੀ ਸੂਝਵਾਨ ਮੁੰਡੇ ਕੁੜੀਆਂ ਭੈਣਾਂ ਦੇਖਦੇ ਨੇਗੀਆਂ ਵੀ ਬਾਈ ਤੂੰ ਗਾਲਾਂ ਕੱਢਦਾ। ਮੈਂ ਗਾਲਾਂ ਗੂਲਾਂ ਕੱਢਣੀਆਂ ਬੰਦ ਕਰਤੇ, ਨਹੀਂ ਤਾਂ ਮੈਂ ਤੁਹਾਨੂੰ ਪਤਾ ਹੀ ਹੈ ਵੀ ਸਿੱਧਾ ਹੀ ਅੱਟ ਚੱਲਦਾ, ਨਹੀਂ ਤਾਂ ਮੈਂ ਸਰੋਪਾ ਪਾਉਣ ਲੱਗਾ, ਮਿੰਟੀ ਮਾਰਦਾ। ਗੁਲਾਬ ਸਿੱਧੂ ਸੱਚੀ ਨਰਮ ਬੰਦਾ, ਆਪਣਾ ਭਰਾ ਯਾਰ, ਸ਼ੁਰੂ ਤੋਂ ਅਸੀਂ ਕਾਲਜ ਟਾਈਮ ਇਕੱਠੇ ਰਹੇ ਹਾਂ ਨਾ, ਪੜ੍ਹਦੇ ਰਹੇ ਹਾਂ, ਅਤੇ ਮੈਂ ਸ਼ੁਰੂ ਤੋਂ ਹੀ ਮੈਂ ਦੇਖਦਾ ਆ ਉਹਨੂੰ। ਮੈਨੂੰ ਯਾਰ ਉਹਨੂੰ ਮੈਨੂੰ ਉਹ ਬੰਦੇ ਬਾਰੇ ਪਤਾ ਵੀ ਉਹ ਨਰਮ ਬੰਦਾ ਬਹੁਤ ਆ ਯਾਰ, ਨਾਈਸ ਆ ਉਹ ਬੰਦਾ, ਭਗਤ ਬੰਦਾ ਯਾਰ। ਉਹਨੂੰ ਐਵੇਂ ਕੋਈ ਨਜਾਇਜ਼ ਹੀ ਤੰਗ ਕਰੀ ਜਾਵੇ ਫਿਰ ਤਾਂ ਮਾੜੀ ਗੱਲ ਆ ਨਾ। ਪਿਸਟਲ ਵਾਲੀ ਗੱਲ ਬਣਾਈ ਆ, ਹੁਣ ਜੇ ਪਿਸਟਲ ਚੋਰੀ ਹੋ ਗਿਆ ਤਾਂ ਫਿਰ ਕਿੱਡੀ ਕੁ ਵੱਡੀ ਗੱਲ ਆ, ਠੀਕ ਹੈ। ਕੋਈ ਕੱਢ ਕੇ ਲੈ ਗਿਆ ਚੋਰ ਬੈਗ ਦੇ ਵਿੱਚੋਂ ਤਾਂ ਕਿੱਡੀ ਕੁ ਵੱਡੀ ਗੱਲ ਆ। ਉਹ ਆਮਣੇ ਨੇ ਕੀ ਕਰਿਆ, ਆਮਣੇ ਕੋਲ ਸਾਹਮਣੇ ਨੇ ਉਹਦੇ ਵਿੱਚੋਂ ਕੁਛ ਕੱਢਣਾ ਸੀ ਮੂਹਰੋਂ, ਉਹਨੇ ਜਿੱਪ ਖੁੱਲੀ ਰਹਿ ਗਈ, ਕੱਢ ਕੇ ਲੈ ਗਿਆ। ਤੁਸੀਂ ਸਾਲੇ ਉਹੋ ਜਿਹੀਆਂ ਗੱਲਾਂ ਸੁਣਾਉਣੇ ਹੋ, ਬੇਕਾਰ ਗੱਲਾਂ। ਹੁਣ ਜੇ ਕਿਸੇ ਨੇ ਚੋਰੀ ਕਰ ਲਈ, ਤੁਸੀਂ ਤਾਂ ਹੈ ਹੀ ਚੋਰ ਹੋ, ਚੋਰਾਂ ਨੂੰ ਚੋਰਾਂ ਬਾਰੇ ਪਤਾ ਹੁੰਦਾ, ਅਤੇ ਉਹ ਕੋਈ ਲੈ ਗਿਆ ਚੋਰੀ ਕਰਕੇ, ਹੁਣ ਉਹਦੇ ਵਿੱਚ ਕੀ ਵੱਡੀ ਗੱਲ ਹੈ। ਸਾਡੇ ਕੋਲ ਹੋਰ ਕਿਹੜਾ ਅਸਲ ਪਿਸਟਲ ਨਹੀਂ ਹੈਗੇ। ਮੈਂ ਜੇ ਮੈਂ ਰਿਪਲਾਈ ਇਹੋ ਜਿਹਾ ਕਰਨ ਲੱਗ ਨਾ, ਤੁਹਾਡਾ ਮੈਂ ਜਲੂਸ ਕੱਢ ਦੂੰ, ਜਲੂਸ।